ਹਾਂ ਵਧੀਆ ਫੋਟੋ ਮਾ ਕਰਾ ਲੀਆਂ ਚ ਹਾਂ ਉਹ ਜੇ ਦੇ ਕੇ ਹਾਂ ਸੱਚ ਮੈਂ ਸਾਰਿਆਂ ਨੂੰ ਰਹਿ ਵੀ ਕਰਨੀ ਤੁਸੀਂ ਬੋਲੋਗੇ ਨਹੀਂ ਮੈਨੂੰ ਕੀ ਜੇ ਮੈਂ ਐਕਟਿੰਗ ਘੱਟ ਹੋ ਜਾਏ ਨਾ ਐਕਟਿੰਗ ਦਾ ਕਰਨੀ ਜਦੋਂ ਪੋਸ ਨਹੀਂ ਆਈ ਆ ਦੇਖੋ ਵੀ ਜਮਾ ਹੀ ਨਹੀਂ ਦਿੰਦਾ ਯਾਰ ਮੈਂ ਉਹਦੇ ਟੈਂਪੂ ਵਾਲੇ ਤੇ ਹੈਰਾਨ ਸੀਗਾ ਸਾਈਡ ਤੇ ਕਿਵੇਂ ਲੱਦੀ ਬੈਠੇ ਨਾ ਕੋਈ ਲਾਈਟਾਂ ਉਹ ਪਿੰਡ 'ਚ ਆ ਕੇ ਹੁਣ ਤਾਂ ਇੱਥੇ वाहेगुरु वाहेगुरु कर दी मेरे पैर गई माड़ा जा कट मारिया दारू भुलेखे हुई पी गई तेल चल चक लिया जो मैं आया गड्डी मैं पारना है नी गा बारना तो लिया बी कह लगे जा यार ओही काम करता नाले मैं चंगा पढ़ा के हा पारना पा दो पारना पा दो कहना ला मेरे सामने के हा पारना पा दो मैं कही इन्हें कहना मेरे सामने की गल करना पा दो फलाना कह जम ही बुढ़िया काम दियां नहीं ऐ बहुत बोलिया हां मेरे सामने के हा पारना पा दो मैं कहना कमाल कर दी हां कर छो डिमांड हो नजारे बने नजारे ਵਧੀਆ ਫੋਟੋਆਂ ਕਰਾ ਲੀਆਂ ਚ ਹਾਂ ਉਹ ਜੇ ਦੇ ਕੇ ਹਾਂ ਸੱਚ ਮੈਂ ਸਾਰਿਆਂ ਨੂੰ ਰਹਿ ਵੀ ਕਰਨੀ ਤੁਸੀਂ ਬੋਲੋਗੇ ਨਹੀਂ ਮੈਨੂੰ ਕੀ ਜੇ ਮੈਂ ਐਕਟਿੰਗ ਘੱਟ ਹੋ ਜਾਏ ਨਾ ਐਕਟਿੰਗ ਦਾ ਕਰਨੀ ਨਹੀਂ ਤਾਂ ਪੋਜ਼ ਕਰਨੇ ਨੇ ਹਾਂ ਫਿਰ ਵੀ ਕਈ ਵਾਰ ਦੰਦ ਹੁੰਦੇ ਇਧਰ ਉਧਰ ਹੋ ਜਾਂਦੇ ਜੇ ਖੜਿਆ ਨਹੀਂ ਕਿਉਂ ਵੀ ਕੀ ਫੋਟੋ ਕਰੀ ਸੀ ਇੱਕ ਫੋਟੋ ਪਹੁੰਚ ਗਏ ਆਪਾਂ ਜੀਰਕਪੁਰ ਆ ਗਏ ਹਾਂਜੀ ਹਾਏ ਮੈਨੂੰ ਸਾਰਾ ਕੁਝ ਯਾਦ ਆ ਗਿਆ ਹੁਣ ਸਤਵਿੰਦਰ ਕੋਈ ਕਰ ਲੈ ਯਾਦ ਸ਼ਾਇਰੀ ਅੱਜ ਯਾਦਾਂ ਵਾਲੇ ਸ਼ਹਿਰ ਹਾਏ ਵੀ ਆਏ ਅਭੀ 6 ਸਾਲ ਬਾਅਦ ਸਾਡਾ ਫੇਰ ਲੱਗਿਆ ਗੇੜਾ ਹਾਂ ਐ ਜੇ ਕੁਛ ਹਾਂ ਹਾਂ ਬਣ ਗਈ ਗੱਲ ਲੋੜ ਤੇ ਲੜਦੇ ਵਾਪਸ ਆਏ ਹਾਂ ਹਾਂ ਜਿਹੜਾ ਫੇਰ ਲੱਗਿਆ ਗੇੜਾ ਬੋਲ ਜਾਣਾ ਦੇਖ ਲੋ ਸਤਵਿੰਦਰ ਜਿਹੜਾ ਕਿ ਉਹ ਫੇਰ ਲੱਗਿਆ ਗੇੜਾ ਲਿਖਤਾ ਲੋ ਜਿਹੜਾ ਫੇਰ ਲੱਗਿਆ ਗੇੜਾ ਇਹ ਲੈਣ ਮੈਨੂੰ ਸੋਹਣੀ ਲੱਗੀ ਹਾਂ ਅੱਜ ਯਾਦਾਂ ਵਾਲੇ ਸ਼ਹਿਰ ਸਾਡਾ ਫੇਰ ਲੱਗਿਆ ਗੇੜਾ जगह
बदल गया माहौल जा इथो अज जो 6 साल बाद आई पर लोग होर सी हाँ यार मेनू कला कला रोड याद आ गया सानू बस नहीं मिली सी चंडीगढ़ तू आ तो गई है जीरकपुर असी चितकारा यूनिवर्सिटी च सुखी रात ने ਮਾਹੌਲ ਹੋ ਗਿਆ ਚੇਂਜ ਹੁਣ ਮੈਂ ਫੇਰ ਨਹੀਂ ਮਾਰਨਾ ਗੇੜਾ ਹੁਣ ਕਦੇ ਨਹੀਂ ਮਾਰਨਾ ਗੇੜਾ ਓਏ ਹੁਣ ਕਦੇ ਨਹੀਂ ਮਾਰਨਾ ਗੇੜਾ ਆਈ ਕੀ ਕਰਨਾ ਤੁਹਾਡੇ ਮਾਹੌਲ ਚੇਂਜ ਹੋ ਗਿਆ ਨਹੀਂ ਆਈ ਸੀ ਚਾਈ ਚਾਈ ਦੁਕਾਨ ਵੀ ਰੋਕੋ ਵੀ ਮੈਂ ਹਾਂ ਆ ਠੀਕ ਓਏ ਆ ਵੀ ਠੀਕ ਯਾਰ ਬੰਦਾ ਕਦੇ ਨਦੀ ਦੇ ਕਿਨਾਰੇ ਬੈਠਾ ਹੋਵੇ ਮੈਂ ਸੋਚੀ ਜਾ ਰਹੀ ਸੀ ਚਾਈ ਚਾਈ ਪਰ ਜਾਣ ਨੂੰ ਨਹੀਂ ਕੀਤਾ ਜੀ कुड़िए पूरे पैकिंग करी जांदे आ तुर के जाना की गल हो गई है कोट पेंट चकते हुए पूरे औखे हुए फिर लुके लभी गिने ਪ੍ਰੀ ਵੈਡਿੰਗ ਵਾਲੀ ਉਹ ਲੱਭੀ ਗਣੇ ਸੀ ਲੁਗੇ ਹੈਗਾ ਕਿਵੇਂ ਗੁਲਸ਼ਨ ਮਾਰ ਇਹਨਾਂ ਦੇ ਹਾਏ ਨਾ ਗੁਲਸ਼ਨ ਮੈਂ ਆ ਪਿੱਛੇ ਹਾਏ ਇਹਨਾਂ ਦੇ ਇੱਕ ਬੋਤਲ ਮਾਰ ਉਹ ਭਾਈ ਮੂੰਹੜੀ ਜੜਦੀ ਆ ਮੁੰਡੇ ਨੇ ਹਾਏ ਤਾਂ ਬਾਲਾ ਹੀ ਨਹੀਂ ਵਿਆ ਗੁਲਸ਼ਨ ਵੀ ਇੱਕ ਬੋਤਲ ਫੜ ਲਾ ਮੈਂ ਤਾਂ रुड़ते जाने हाए आई ना करो डरावना ओए यार इथो कि जावा
ਇਥੇ ਪੈ ਜੋ ਰੁੜ ਜਿਓ ਇਹ ਹਾਂ ਦੇਖੋ ਇਥੇ ਨਾ ਬ੍ਰੇਕ ਨਾ ਲਾਇਓ ਆ ਤਾਂ ਸਰੀਰ ਛੱਡ ਜੋ ਭੱਜੀ ਓਏ ਮੁੰਡੇ ਨੂੰ ਹੋ ਜਾਣੀ ਸਰੀਰ ਛੱਡ ਦਿਓ ਹਾਏ ਕੀ ਕਰੀਏ ਰੱਬ ਆਪਾਂ ਨੂੰ ਛੱਡ ਦਿੰਦਾ ਹਾਂ ਉਹ ਨਹੀਂ ਹੁੰਦਾ ਖੜ ਜਾ ਭਾਈ ਨਿਕਲ ਇੱਧਰ ਨਹੀਂ ਮਜਾ ਜਾ ਜਿੰਨਾ ਚੱਲ ਜਿਹੜੀ ਪੰਜਾਬ ਤੋਂ ਹੋਰ ਮੋੜ ਲਿਓ ਕਿਤੇ ਹਾਏ ਭੈਣੇ ਮੈਂ ਤਾਂ ਜਾਣੀ ਆ ਲਵੂ ਸੁਕੇ ਹੋੜੀ ਜਾਂਦੇ ਲਵੂ ਮੇਰੇ ਗੁੱਟ ਤੋਂ ਬੋਲ ਲੱਗ ਗਿਆ ਗੱਲ ਤਾਂ ਸੁਣੋ ਤੇਰੇ ਪ੍ਰੈਸ਼ਰ ਵੀ ਉਹੀ ਪੈ ਰਿਹਾ ਹਾਂ ਉਹ ਮੇਰੀ ਗੱਲ ਸੁਣਿਓ ਆ ਮੋੜ ਮੋੜ ਲਿਓ ਮੈਂ ਕਿਹਾ ਖਾਈ ਤੇ ਨਾ ਗੱਡੀ ਲਾ ਲਿਓ ਮੈਂ ਲਾ ਲਾ ਯਾਰ ਮੈਂ ਤਾਂ ਐ ਕਹੀ ਜਣਾ ਵੀ ਆਪਾਂ ਕਮਲੇ ਕਿੰਨੇ ਆ ਯਾਰ ਹਨਾ ਤੁਹਾਨੂੰ ਲੱਗਦਾ ਸਾ ਹੁਣ ਆਪਾਂ ਉੱਥੇ ਗਏ ਵੇ ਹੁੰਦੇ ਫੋਟੋ ਮੱਕ ਜੇ ਮੋਰ ਨਹੀਂ ਹਿਲ ਗਏ ਹੁੰਦੇ ਹੁਣ ਹੋ ਜਾਂਦਾ ਹਾਂ 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 ਉੱਥੇ ਤਾਂ ਇੰਨੇ ਭੈਣ ਕਰਾਸਤੇ ਹੈ ਹੀ ਨਹੀਂਗੇ ਗੱਲ ਤੁਰਨਾ ਨਹੀਂ ਪੈਣਾ ਯਾਰ ਆਹ ਦੇਖੀ ਕਿਵੇਂ ਸਾੜੀ ਜੀ ਚੌਂਦੀ ਕੀ ਹੋ ਗਿਆ ਓਏ ਹਾਂ ਓਏ ਤਾਂ ਹੁਣ ਲੈ ਡਾਟ ਪਾਉ ਹਾਏ ਮੇਰਾ ਗੋਡੇ ਦੁਖਣ ਲੱਗ ਗਿਆ ਹਾਏ ਮੇਰਾ ਸੁੱਕੀ ਗੋਡਾ ਤੁਖਦਾ ਡਾਟ ਪੈਣ ਲੱਗ ਗਿਆ ਮੇਰਾ ਗੋਡੇ ਤਾਂ ਸਾਡੇ ਦੁਖਣ ਲੱਗ ਗਏ ਥੋੜਾ ਤਾਂ ਦੁਖਦੇ ਮੇਰੇ ਤਾਂ ਤੁਖਦਾ ਤਾਂ ਵੀ ਦੇਖ ਲੈ ਨਹੀਂ ਦੱਸਿਆ ਸੀ ਭਾਈ ਲਵ ਹੁਣ ਡੱਬਾ ਪਾੜਦਾ ਦਿਖਾ ਇਹਦਾ ਵਲੌਗ ਚ ਕਰਤਾ ਲਵ ਕੰਮ ਡੱਬਾ ਪਾੜਦੇ ਡੱਬਾ ਪਾੜਦਾ ਤੂੰ ਮੈਂ ਲਈ ਆਉਣੀ ਇਹਨਾਂ ਨੂੰ ਉਹੀ ਬਹੁਤ ਵੱਡੀ ਗੱਲ ਆ ਯਾਰ ਆ ਚਾਂਦੇ ਹੋਏ ਕੀ ਡਾਟ ਪਾਉ ਚੱਲ ਰਿਹਾ ਸ਼ੂਟ ਇੱਧਰ ਉੱਧਰ ਸਾਡੇ ਸਤਵਿੰਦਰ ਸਿੰਘ ਬੀਰ ਖਾ ਰਹੇ ਨੇ ਸੁਖੀ ਨੇ ਦਿੱਤਾ ਬੇਰਾਂ ਦੇ ਚੋਰ ਸੁਖੀ ਬਸ ਕਰ ਨਹੀਂ ਲਵੋ ਭੁੱਖ ਬਹੁਤ ਲੱਗੀ ਹੋਰ ਕੁਛ ਨਹੀਂ ਖਾਣ ਉੱਥੇ ਸਹੀ ਗੱਲ ਔਖਾ ਬਹੁਤ ਫੋਟੋ ਸੋਹਣੀਆਂ ਆਉਂਦੀਆਂ ਹੁਣ ਤਾਂ